ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ ਸਤ ਸ੍ਰੀ ਅਕਾਲ ਸਰ ਨੂੰ ਨਮਸਤੇ ਆਦਵ ਪਟਵਾਰੀ ਦਾ ਅੱਜ ਮੈਨਜ਼ ਪੇਪਰ ਸੀਗਾ ਤੇ ਮੈਨੂੰ ਕਾਫੀ ਸਾਰੀਆਂ ਕਾਲਾਂ ਆ ਗਈਆਂ ਕਿ ਸਰ ਪਟਵਾਰੀ ਦਾ ਜਿਹੜਾ ਮੈਨਜ਼ ਐਗਜ਼ਾਮ ਆ ਬੇਸਿਕਲੀ ਉਹਦਾ ਅਨਾਲਿਸਿਸ ਕਰ ਦਿਓ ਹੁਣ ਗੱਲ ਉਹੀ ਆ ਕਿ ਮੈਂ ਹੈਗਾ ਯਾਰ ਬਾਹਰ ਅਨਾਲਿਸਿਸ ਤਾਂ ਹੁਣ ਪੋਸੀਬਲ ਹੈ ਨਹੀਂਗਾ ਪਰ ਜੋ ਮੈਨੂੰ ਜ਼ਿਆਦਾਤਰ ਮੈਸੇਜ ਮਿਲੇ ਆ ਕਿ ਸਰ ਮੈਥ ਆ ਜਿਹੜਾ ਉਹ ਟਫ ਆ ਗਿਆ ਜਾਂ ਮੈਥ ਲੈਂਥੀ ਆ ਹੁਣ ਠੀਕ ਐ ਕਾਫੀ ਜਣੇ ਇਸ ਚੀਜ਼ ਨੂੰ ਮਾਈਂਡ ਕਰ ਸਕਦੇ ਆ ਠੀਕ ਐ ਮੈਂ ਜੋ ਗੱਲ ਕਹੂੰਗਾ ਕਿ ਮੈਂ ਸੀਰੀਅਸਲੀ ਪੇਪਰ ਤਾਂ ਦੇਖ ਲਿਆ ਮੈਥ ਤਾਂ ਨਹੀਂ ਮੈਨੂੰ ਕੋਈ ਔਖਾ ਲੱਗਿਆ ਈਵਨ ਕਿ ਕੁਝ ਕੁਐਸਚਨ ਐ ਇਸੋ ਜਿਹੜੇ ਆਪਾਂ ਐਗਜ਼ੈਕਟ ਜਿਵੇਂ ਕਹਿੰਦੇ ਹੁੰਦੇ ਬੀ ਫਿਗਰਸ ਸੇਮ ਐ ਜਿਵੇਂ ਪਹਿਲਾ ਕੁਐਸਚਨ ਹੀ ਸੀਗਾ 1517 ਵਾਲਾ ਤੇ ਇੱਕ 902 ਸਮਥਿੰਗ ਜਿਹੜਾ ਟਾਈਲਸ ਵਾਲਾ ਸੀਗਾ ਨਾ ਬੀਸਿਕਲੀ ਕਿਉਂਕਿ ਮੈਨੂੰ ਕੁਐਸਚਨ ਉਹੀ ਪੁੱਛਿਆ ਦੇ ਵੀ ਉਹ ਕੁਐਸਚਨ ਕਿਵੇਂ ਹੋਊਗਾ ਤੇ ਈਵਨ ਕਿ ਜਿਹੜੀ ਆਪਾਂ ਟੈਸਟ ਸੀਰੀਜ਼ ਕੀਤੀ ਸੀ YouTube ਤੇ ਪਿਆ ਉਹ ਤੋਂ ਜੋ ਉਹਨਾਂ ਦੇ ਵਿੱਚ ਦੇਖੋ ਕੁਐਸਚਨ ਐ ਐਜ਼ ਇਟ ਇਜ਼ ਆਪਾਂ ਕੁਐਸਚਨ ਕੀਤਾ ਹੋਇਆ ਚਲੋ ਖੈਰ ਇਹ ਇਹ ਗੱਲਾਂ ਨਹੀਂ ਮੈਟਰ ਕਰਦੀ ਹੁਣ ਮੈਟਰ ਬਸ ਇਹ ਕਰਦਾ ਵੀ ਜੇਕਰ ਤੁਸੀਂ ਐਕਿਊਰਸੀ ਦੇ ਨਾਲ ਪੇਪਰ ਕਰਕੇ ਆਵੇਂ ਮੈਂ ਫੇਰ ਉਹੀ ਗੱਲ ਕਹੂੰਗਾ ਕਿ ਮੈਥ ਰੀਜ਼ਨਿੰਗ ਇੱਥੇ ਵੀ ਦੇਖੋ ਜਿਹੜਾ ਐਕਿਊਰਸੀ ਦੇ ਨਾਲ ਕਰਕੇ ਆ ਗਿਆ ਹੋਊਗਾ ਉਹ ਬਹੁਤ ਵਧੀਆ ਕਰਕੇ ਆਇਓਗੇ ਤੇ ਮੈਥ ਮੈਨੂੰ ਕੋਈ ਵੀ ਕੁਐਸਚਨ ਐਸਾ ਲੱਗੇ ਨਹੀਂ ਕਿ ਆਪਾਂ ਉਹ ਕੁਐਸਚਨ ਨਾ ਕੀਤਾ ਹੋਵੇ ਸੋ ਲੈਂਥੀ ਹੋ ਸਕਦਾ ਮੈਂ ਇਹ ਗੱਲ ਮੰਨਦਾ ਕਿਉਂਕਿ ਮੈਂ ਤਾਂ ਚਲੋ ਪੜਾਇਆ ਓਬਵੀਅਸਲੀ ਗੱਲ ਮੈਨੂੰ ਤਾਂ ਸੌਖੇ ਲੱਗੂਗਾ ਪਰ ਇੱਕ ਜਦੋਂ ਬੱਚਾ ਪ੍ਰੈਸ਼ਰ ਦੇ ਵਿੱਚ ਪੇਪਰ ਕਰਕੇ ਆਉਂਦਾ ਤੇ ਐਵੇਂ ਗੱਲ ਕਰਨ ਦੇ ਵਿੱਚ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਠੀਕ ਹੈ ਸੋ ਬਟ ਉਹ ਪ੍ਰੈਸ਼ਰ ਨੂੰ ਹੈਂਡਲ ਕਰਕੇ ਜੇਕਰ ਤੁਸੀਂ ਐਕਿਊਰੇਸੀ ਦੇ ਨਾਲ ਵੀ ਕਰਕੇ ਆਓ ਤਾਂ ਵੀ ਬਹੁਤ ਵਧੀਆ ਰਹੋਗੇ ਐਂਡ ਇਵਨ ਕਿ ਬਹੁਤ ਸਟੂਡੈਂਟ ਆ ਜਿਹੜੇ ਬਹੁਤ ਵਧੀਆ ਪੇਪਰ ਕਰਕੇ ਵੀ ਆਇਆ ਬਾਕੀ ਜੀਕੇ ਵਾਲਾ ਪੋਰਸ਼ਨ ਆ ਜਾਂ ਯਾਨੀ ਪੇਪਰ ਦਾ ਲੈਵਲ ਵਧੀਆ ਸੀ ਯਾਨੀ ਕਿ ਉਹੀ ਗੱਲ ਫਿਰ ਕਿ ਪੇਪਰ ਦਾ ਲੈਵਲ ਹੋਣਾ ਵੀ ਇਹੀ ਚਾਹੀਦਾ ਜੇਕਰ ਮੇਨਸ ਪੇਪਰ ਸੀਗਾ ਠੀਕ ਹੈ ਸੋ ਜੇ ਤਾਂ ਮਾੜਾ ਹੋਇਆ ਓਬਵੀਅਸਲੀ ਗੱਲ ਆ ਤੁਹਾਨੂੰ ਗਾਹਾਂ ਦੀ ਪੇਪਰ ਦੀ ਤਿਆਰੀ ਤਾਂ ਵੀ ਕਰਨੀ ਹੈ ਜੇ ਚੰਗਾ ਹੋਇਆ ਤਾਂ ਵੀ ਤਿਆਰੀ ਕਰਨੀ ਹੈ ਕੱਟ ਆਫ ਦੀ ਪ੍ਰੋਡਕਸ਼ਨ ਤਾਂ ਚਲੋ ਪੂਰੇ ਪੇਪਰ ਨੂੰ ਦੇਖਣ ਤੋਂ ਬਾਅਦ ਹੋਊਗੀ ਬਟ ਬਟ ਮੈਂ ਕ ਔਰ ਫਿਰ ਜਿਹੜੀ ਗੱਲ ਆ ਹਮ ਡਿਪੈਂਡ ਕਰੂਗਾ ਕਿ ਕਿੰਨਾ ਵਧੀਆ ਤੁਸੀਂ ਮੈਥ ਤੇ ਰੀਜਨਿੰਗ ਕਰਕੇ ਆ ਬਾਕੀ ਪੋਰਸ਼ਨ ਵੀ ਚਲੋ ਹੈਗੇ ਹੀ ਹੈਗਾ ਠੀਕ ਹੈ ਹੁਣ ਮੈਂ ਬਾਹਰ ਸੀਗਾ ਕੱਲ ਈਵਨੀ ਤੱਕ ਸ਼ਾਇਦ ਪਹੁੰਚਾਂ ਤੇ ਜਾਂ ਪਰਸੋ ਤੱਕ ਤੇ ਮੈਂ ਅਨਾਲਿਸਿਸ ਉਹਦਾ ਯਾਨੀ ਜੋ ਮੈਂ ਮੈਥ ਮੈਂ ਸੋਲਵ ਕਰਵਾਣਾ ਉਹ ਕਰਵਾ ਦੂੰਗਾ ਤੇ ਬਾਕੀ ਐਕਸਰਸਾਈਜ਼ ਤੇ ਫੋਕਸ ਰੱਖੋ ਹੁਣ ਐਕਸਰਸਾਈਜ਼ ਦਾ ਪੇਪਰ ਹੈਗਾ ਠੀਕ ਹੈ ਤੇ ਬਾਕੀ ਘਬਰਾਉਣ ਵਾਲੀ ਗੱਲ ਨਹੀਂ ਤੇ ਐਕੂਰੇਸੀ ਮੈਟਰ ਕਰੂਗੀ ਠੀਕ ਹੈ ਸੋ ਬਾਕੀ ਮੈਥ ਦਾ ਕਨਸੈਪਟ ਵਾਈਜ਼ ਕੋਈ ਵੀ ਕੁਐਸਚਨ ਆਪਣਾ ਰੁਕਿਆ ਨਹੀਂ ਠੀਕ ਹੈ ਬਾਕੀ ਉਹੀ ਗੱਲਾਂ ਵੀ ਪ੍ਰੋਪਰ ਜਦੋਂ ਸੋਲਵ ਕਰਾਂਗੇ ਮੈਂ ਕੱਲੀ-ਕੱਲੀ ਗੱਲ ਦੱਸਾਂਗਾ ਤੇ ਤੁਹਾਨੂੰ ਆਪ ਨੂੰ ਯਾਦ ਹੋਣਗੇ ਵੀ ਹਾਂ ਯਾਰ ਇਹ ਤਾਂ ਕੀਤਾ ਹੋਇਆ ਸੀ ਠੀਕ ਹੈ ਕਿਉਂਕਿ ਮੈਂ ਪੇਪਰ ਤਾਂ অলਮੋਸਟ ਦੇਖ ਹੀ ਲਿਆ ਠੀਕ ਹੈ ਬਾਕੀ ਸੋਲਵ ਕਰਾਂਗੇ ਉਦੋਂ ਹੋਰ ਵੀ ਗੱਲਾਂ ਪਤਾ ਲੱਗਣਗੀਆਂ ਵੀ ਕਿੱਥੇ ਲੈਂਥੀ ਸੀਗਾ ਕੈਲਕੂਲੇਸ਼ਨ ਕੀ ਲੈਂਥੀ ਸੀ ਠੀਕ ਹੈ ਜਾਂ ਕਿੱਥੇ ਆਪਾਂ ਉਹਨੂੰ ਤਰੀਕੇ ਦੇ ਨਾਲ ਕਰ ਸਕਦੇ ਸੀ ਕਿਉਂਕਿ ਇਹੋ ਜਿਹਾ ਕੁਐਸਚਨ ਵੀ ਹੈਗਾ ਜਿਨ੍ਹਾਂ ਨੂੰ ਆਪਸ਼ਨ ਤੋਂ ਵੀ ਕੀਤਾ ਜਾ ਸਕਦਾ ਕੁਝ ਐਸੇ ਮੈਥਡ ਵੀ ਹੈਗੇ ਜਿਵੇਂ ਮੈਂ ਸੋਲਵ ਕਰਵਾਉਣਾ ਉਹਨਾਂ ਕਹਿਣ ਦਾ ਮਤਲਬ ਠੀਕ ਹੈ ਨਹੀਂ ਮੈਂ ਹੁਣ ਤੱਕ ਸੋ ਵੀਡੀਓ ਮੇਰਾ ਪਉਣਾ ਬਣਦਾ ਸੀਗਾ ਤੇ ਤਾਂ ਕਿ ਮੈਂ ਥੋੜਾ ਜਿਆਦਾ ਦੱਸ ਸਕਾਂ ਕਿ ਕੋਈ ਚੱਕਰ ਵਾਲੀ ਬੜੀ ਵੱਡੀ ਗੱਲ ਨਹੀਂ ਹੈਗੀ ਤੇ ਬਾਕੀ ਕੋਈ ਨਾ ਆਪਾਂ ਦੇਖਦੇ ਆਂ ਐਨਾਲਿਸਿਸ ਕਰਕੇ ਠੀਕ ਹੈ ਇੱਕ ਦੋ ਦਿਨ ਦਾ ਵੇਟ ਹੋਰ ਕਰ ਲਓ ਥੈਂਕ ਯੂ ਵੈਰੀ ਮੱਚ ਤੇ ਬਾਕੀ ਆਪਾਂ ਕੰਟੀਨਿਊ ਕਰਾਂਗੇ ਠੀਕ ਹੈ ਬਾਏ ਬਾਏ ਟੇਕ ਕੇਅਰ ਬਾਬਾ ਨਾਨਕ ਮਿਹਰ ਕਰੇ